ਗਾਈਜ਼, ਗੁੱਡ ਮਾਰਨਿੰਗ, ਵੈਲਕਮ ਬੈਕ ਆਰ ਚੈਨਲ। ਕੈਸੇ ਹੋ ਆਪ ਸਭ? ਆਈ ਹੋਪ ਸਾਰੇ ਵਧੀਆ ਹੋਣਗੇ, ਮਸਤ ਹੋਣਗੇ। ਔਰ ਜੈਸੇ ਕਿ ਸਾਰੀ ਮਦਰਸ ਦਾ ਸਵੇਰੇ ਸਵੇਰੇ ਕੰਮ ਹੁੰਦਾ ਕਿਚਨ 'ਚ, ਉੱਠੋ, ਫਰੈਸ਼ ਹੋ ਸਭ ਤੋਂ ਪਹਿਲਾਂ ਕਿਚਨ 'ਚ, ਤਾਂ ਮੇਰੀ ਵੀ ਲਾਈਫ ਕੁਛ ਇਸ ਤਰ੍ਹਾਂ ਹੀ ਹੈ। ਔਰ ਮੈਂ ਵੀ ਸਭ ਤੋਂ ਪਹਿਲਾਂ ਉੱਠ ਕੇ ਆਪਣਾ ਕਿਚਨ ਦਾ ਕੰਮ ਕਰਦੀ ਹਾਂ, ਕਿਉਂਕਿ ਸਾਰਿਆਂ ਨੇ ਡਿਊਟੀ 'ਤੇ ਜਾਣਾ ਹੁੰਦਾ, ਬੱਚੇ ਨੂੰ ਸਕੂਲ ਜਾਣਾ ਹੁੰਦਾ, ਤਾਂ ਟਿਫਨ ਵਿਫਨ ਸਾਰਾ ਕੁਛ ਟਾਈਮ ਟੂ ਟਾਈਮ ਰੈਡੀ ਕਰਨਾ ਹੈ। ਸੋ ਅੱਜ ਮੈਂ ਉੱਠੀ ਸੀ, ਸਭ ਤੋਂ ਪਹਿਲਾਂ ਮੈਂ ਅੱਜ ਸੋਚਿਆ ਕੀ ਬਣਾਵਾਂ, ਬੈਂਗਣ ਪਏ ਸੀ, ਬੈਂਗਣ ਦਾ ਪਰਥਾ ਬਣਾ ਦੇਣਾ, ਕਿਉਂਕਿ ਬੈਂਗਣ ਦੀ ਸਬਜ਼ੀ ਤਾਂ ਮੈਂ ਘੱਟ ਹੀ ਖਾ ਕੇ ਖੁਸ਼ ਹਾਂ, ਅਤੇ ਇਸ ਕਰਕੇ ਮੈਂ ਬੈਂਗਣ ਦੀ ਸਬਜ਼ੀ ਬਣਾਉਣ ਲੱਗੀ। ਮੈਂ ਕਿਵੇਂ ਬਣਾਉਣੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ। ਜਿਵੇਂ ਕਿ ਮੈਂ ਬੈਂਗਣ ਧੋ ਕੇ ਕੱਟ ਕੇ ਉਹਨਾਂ ਨੂੰ ਥੋੜ੍ਹੇ ਪਾਣੀ 'ਚ ਪਾ ਕੇ ਉਬਾਲ ਕੇ ਰੱਖਣੀ ਆ, ਮਤਲਬ ਕਿ 5-7 ਮਿੰਟ ਇਹਨਾਂ ਨੂੰ ਉਬਾਲਣਾ, ਤਾਂ ਕਿ ਇਹ ਸੋਫਟ ਹੋ ਜਾਏ। ਜਿੰਨੀ ਦੇਰ ਇਹ ਉਬਲਣਗੇ, ਵਧੀਆ ਸੋਫਟ ਹੋ ਜਾਣਗੇ, ਉਨੀ ਦੇਰ ਮੈਂ ਆਪਣਾ ਸਮਾਨ ਹੋਰ ਰੈਡੀ ਕਰ ਲਉਂਗੀ, ਪਿਆਜ਼ ਟਮਾਟਰ ਦਾ ਮਿਕਸਰ। ਔਰ ਇੱਧਰ ਮੈਂ ਜਦੋਂ 5 ਕੁ ਮਿੰਟ ਤੱਕ ਇਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਲਿਆ, ਤਾਂ ਮੈਂ ਇਸ ਤਰ੍ਹਾਂ ਇਹ ਪਾਣੀ 'ਚੋਂ ਕੱਢ ਕੇ ਬਾਹਰ ਰੱਖ ਲਏ। ਸਾਈਡ 'ਤੇ ਮੈਂ ਆਟਾ ਉਟਾ ਗੁੰਨ ਕੇ ਵੀ ਰੱਖ ਲਿਆ ਸੀਗਾ। ਹੁਣ ਮੈਂ ਇਹਨਾਂ ਨੂੰ ਲਗਾਉਂਗੀ ਤੜਕਾ। ਔਰ ਮੈਂ ਪਿਆਜ਼ ਟਮਾਟਰ ਪਹਿਲਾਂ ਹੀ ਮਿਕਸ ਕਰਕੇ ਰੱਖ ਲਏ ਸੀ। ਇੰਨੇ 'ਚ ਤੇਲ ਮੇਰਾ ਗਰਮ ਹੋਊਗਾ ਜਦੋਂ ਤੱਕ, ਅਤੇ ਮੈਂ ਬੈਂਗਣ ਕੁਛ ਇਸ ਤਰ੍ਹਾਂ ਮਿਕਸ ਕਰ ਲਏ ਸੀ। ਦੇਖਣ 'ਚ ਕਿੰਨੇ ਅਜੀਬ ਜਿਹੇ ਲੱਗ ਰਹੇ ਆ, ਕਿਉਂਕਿ ਉਹ ਸਾਰੀ ਸਬਜ਼ੀ ਉਹ ਬਲੈਕ ਹੋ ਗਈ ਹੈ, ਹੁਣ ਥੋੜ੍ਹੀ ਅਜੀਬ ਲੱਗ ਰਹੀ ਹੈ, ਲੇਕਿਨ ਇਹਨਾਂ ਦਾ ਰੰਗ ਚੇਂਜ ਹੋਊਗਾ ਉਸ ਤੋਂ ਬਾਅਦ ਜਦੋਂ ਮੈਂ ਇਹਨੂੰ ਤੜਕਾ ਲਗਾ ਕੇ ਰੱਖ ਦੂੰਗੀ। ਅਤੇ ਚਲੋ, ਇੰਨੇ 'ਚ ਮੇਰਾ ਤੇਲ ਗਰਮ ਹੋ ਰਿਹਾ ਸੀ, ਮੈਂ ਜ਼ੀਰਾ ਜ਼ੀਰਾ ਪਾਤਾ ਸੀ, ਔਰ ਬਾਕੀ ਮੈਂ ਸਮਾਨ ਤਿਆਰ ਕਰਕੇ ਰੱਖੂੰਗੀ। ਅਤੇ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ, ਔਰ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰ ਦਿਆ ਕਰੋ ਪਲੀਜ਼। ਅਗਰ ਕਿਸੇ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ, ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਏ। ਅਤੇ ਮੈਂ ਜਿਹੜਾ ਪਿਆਜ਼ ਟਮਾਟਰ ਕੁਛ ਕੱਟ ਕੇ ਰੱਖਿਆ ਸੀਗਾ ਮਿਕਸ ਕਰਕੇ, ਉਹ ਮੈਂ ਇਸ ਤਰ੍ਹਾਂ ਪਾਤਾ। ਹੁਣ ਇਹ ਚੰਗੀ ਤਰ੍ਹਾਂ ਪੱਕ ਜਾਏਗਾ ਬਿਲਕੁਲ ਸੁੱਕਾ ਕੇ, ਅਗਰ ਇਹ 'ਚ ਤੁਸੀਂ ਪਾਣੀ ਛੱਡ ਦੋਗੇ ਇਹਨੂੰ, ਮਤਲਬ ਥਿੱਕ ਥਿੱਕ ਰੱਖੂੰਗੇ ਥੋੜ੍ਹਾ, ਅਤੇ ਇਹ ਮਤਲਬ ਉਹ ਗ੍ਰੇ, ਮਤਲਬ ਉਹ ਚੀਜ਼ ਦਾ ਟੇਸਟ ਨਹੀਂ ਆਉਂਦਾ ਕਿ ਐਂ ਲੱਗਦਾ ਜਿਵੇਂ ਪਿਆਜ਼ ਟਮਾਟਰ ਕੱਚਾ। ਆ ਦੇਖੋ, ਬਿਲਕੁਲ ਸੁੱਕ ਗਿਆ, ਈਵਨ ਕਿ ਥੱਲੇ ਵੀ ਨੀਚੇ ਲੱਗ। ਥੱਲੇ ਲੱਗਣ ਲੱਗ ਗਿਆ ਸੀ, ਅਤੇ ਮੈਂ ਹੁਣ ਇਹ ਚੰਗੀ ਤਰ੍ਹਾਂ ਪਕਾ ਕੇ ਇਹਦੇ ਵਿੱਚ ਪਾਤੀ ਹੈ ਸਬਜ਼ੀ। ਸਬਜ਼ੀ ਦਾ ਰੰਗ ਵੀ ਚੇਂਜ ਹੋ ਗਿਆ, ਕਿਉਂਕਿ ਪਹਿਲਾਂ ਤਾਂ ਜਮਾਂ ਬਲੈਕ ਸੀਗੀ, ਹੁਣ ਥੋੜ੍ਹਾ ਰੰਗ ਚੇਂਜ ਹੋ ਗਿਆ, ਹਜੇ ਤਾਂ ਕੱਚੀ ਹੈ। ਹੁਣ ਇਹਨੂੰ ਥੋੜ੍ਹੀ ਦੇਰ ਲਈ ਮੈਂ ਢੱਕਣ ਬੰਦ ਕਰਕੇ ਫਰਾਈ ਪੈਨ 'ਤੇ, ਅਤੇ ਇਹਨੂੰ ਥੋੜ੍ਹੀ ਦੇਰ ਲਈ ਰੱਖ ਦੂੰਗੀ, ਤਾਂ ਕਿ ਇਹ ਚੰਗੀ ਤਰ੍ਹਾਂ ਹੋਰ ਪੱਕ ਜਾਏ, ਬਿਲਕੁਲ ਸੁੱਕੀ ਸੁੱਕੀ ਸਬਜ਼ੀ ਬਣ ਜਾਏ। ਅਤੇ ਬਹੁਤ ਟੇਸਟੀ, ਬਹੁਤ ਹੀ ਯੰਮੀ ਲੱਗਦੀ ਆ। ਅਗਰ ਕਿਸੇ ਨੂੰ ਬੈਂਗਣ ਨਹੀਂ ਪਸੰਦ ਤਾਂ ਇਸ ਤਰ੍ਹਾਂ ਬਣਾ ਸਕਦੇ, ਬਿਲਕੁਲ ਵੀ ਮੂੰਹ 'ਚ ਨਹੀਂ ਆਉਂਦੇ ਕਿ ਹਾਂ, ਮਤਲਬ ਛਿਲਕਾ ਜਿਹਾ ਆਉਂਦਾ ਨਾ, ਉਹ ਚੀਜ਼ ਨਹੀਂ ਪਸੰਦ ਹੈ, ਮੈਨੂੰ ਵੀ ਨਹੀਂ ਪਸੰਦ ਹੈ, ਆਕਾਸ਼ ਵੀ ਨਹੀਂ ਉਹ ਚੀਜ਼ ਖਾਂਦੇ ਆ, ਅਤੇ ਇਸ ਲਈ ਮੈਂ ਇਹ ਚੀਜ਼ ਐਵੇਂ ਬਣਾਉਂਦੀ ਹਾਂ ਵੀ ਹਾਂ ਪਤਾ ਨਾ ਲੱਗੇ। ਸੋ ਫਾਈਨਲੀ ਕੰਮ ਹੋ ਗਿਆ ਖਤਮ, ਔਰ ਮੈਂ ਮੋਸਟਲੀ ਥੋੜ੍ਹਾ ਬਹੁਤ ਰੈਡੀ ਹੋ ਚੁੱਕੀ ਹਾਂ, ਥੋੜ੍ਹਾ ਬਹੁਤ ਰਹਿੰਦਾ ਹੈ, ਰੈਡੀ ਹੋਊਂਗੀ, ਔਰ ਉਸ ਤੋਂ ਬਾਅਦ ਮੈਂ ਨਿਕਲ ਜੂੰਗੀ ਆਫਿਸ। ਔਰ ਅੱਜ ਹੈਗਾ ਆਕਾਸ਼ ਦਾ ਬਰਥਡੇ, ਅਤੇ ਬਰਥਡੇ ਅਸੀਂ ਕੇਕ ਬੇਕ ਕੱਟਾਂਗੇ ਸ਼ਾਮ ਨੂੰ, ਕਿਉਂਕਿ ਆਕਾਸ਼ ਵੀ ਅੱਜ ਜਲਦੀ ਚਲੇ ਗਏ ਆ, ਮੈਂ ਵੀ ਬਸ ਹੁਣ ਆਫਿਸ ਲਈ ਨਿਕਲ ਜਾਣਾ ਹੈ, ਔਰ ਸ਼ਾਮ ਨੂੰ ਆਵਾਂਗੇ, ਸ਼ਾਮ ਨੂੰ ਆ ਕੇ ਅਸੀਂ ਕੱਟਾਂਗੇ ਕੇਕ, ਔਰ ਆਪਣਾ ਛੋਟਾ ਜਿਹਾ ਸੈਲੀਬ੍ਰੇਸ਼ਨ ਕਰਾਂਗੇ। ਐਂਡ ਚਲੋ, ਮਿਲਦੇ ਹਾਂ ਹੁਣ ਸ਼ਾਮ ਨੂੰ, ਮੈਂ ਤਾਂ ਜਾਂਦੀ ਹਾਂ ਫਿਲਹਾਲ ਆਫਿਸ, ਫਿਰ ਆਉਂਦੇ ਹੁੰਦੇ ਮੈਂ ਕੇਕ ਵੀ ਲੈ ਕੇ ਆਊਂਗੀ, ਅਤੇ ਚਲੋ ਮਿਲਦੇ ਹਾਂ ਤੁਹਾਡੇ ਨਾਲ ਸ਼ਾਮ ਨੂੰ। ਪਲੇਟ 'ਚ ਕੱਟ ਕੇ ਰੱਖ ਲਿਆ ਸੀ ਤਾਂ ਕਿ ਮੈਨੂੰ ਮੋਗਰ 'ਤੇ ਚਲਾ ਕੇ ਜਾਣਾ ਜਿਹਾ ਲੱਗਦਾ ਸੀ, ਮੈਂ ਈਜ਼ੀ ਕੈਰੀ ਕਰੂੰਗੀ ਇਹਨੂੰ। ਔਰ ਹੁਣ ਚਲੋ ਚੱਲਦੇ ਹਾਂ ਕੇਕ ਲੈ ਕੇ, ਔਰ ਲਓ ਜੀ, ਹੈਪੀ ਬਰਥਡੇ ਉੱਚੀ। ਥੈਂਕ ਯੂ।
ਹਾਲਤ ਵੀ ਠੀਕ ਨਹੀਂ ਹੈਗੀ। ਬੋਲੀ ਨਾ ਕੋਈ, ਚੁੱਪ ਕਰ ਜਾ। ਹਾਂ ਚੁੱਪ ਕਰ ਜਾ, ਕਰਦੇ ਬੈਠੇ ਆ। ਹਾਂ ਇਹ ਦੱਸ ਦੋ, ਕਰਦੇ ਬੈਠੇ ਹੁਣ ਪਤਾ ਨੀ ਕੀ ਕਹਿ ਦੇਣਾ। ਕਿੱਥੇ ਫਿਰਦਾ ਓਏ, ਕਿੱਥੇ ਫਿਰਦਾ? ਹਿੰਦੀ ਚ ਪਾਉਣ ਲੱਗੀ, ਮਿਲਾ ਵੀ ਨੀ ਦੱਸਿਆ। ਮੈਂ ਇਹਨੂੰ ਇੰਨੀ ਗੱਲ ਕਹੀ ਸੀ, ਮੈਂ ਕਿਹਾ ਮੈਂ ਮਾਨਸਾ ਹਾਂ ਤੇ ਮੈਨੂੰ ਸਟੇਸ਼ਨ ਤੇ ਫੋਨ ਮਾਰਦੀ, ਮਾਨਸਾ ਹੀ ਆ ਜਾਊਗਾ। ਮੈਂ ਕਿਹਾ ਮੈਨੂੰ ਫੋਨ ਤਾਂ ਕਰਦਾ, ਅਸੀਂ ਆਏ ਜਾਂਦੇ ਤੈਨੂੰ। ਚਲੋ ਇਧਰ ਦੇਖੋ, ਉਹ ਚੱਲ ਪਈ ਆ, ਦੇਖ ਲੋ। ਗੋਪੀ ਆਪ ਹਿੰਦੀ ਬੋਲਤੇ ਹੋ ਵਹਾਂ ਜਾ ਕੇ? ਮੰਮੀ ਵੀ ਤਾਂ ਬੋਲਣ ਲੱਗੀ, ਮਿਲ ਕੇ ਨਹੀਂ ਗਿਆ। ਗੋਪੀ ਉੱਥੇ ਆ ਕੇ ਬਾਹਲਾ ਸੋਹਣਾ ਹੋ ਗਿਆ, ਮੰਮੀ ਇਕਦਮ ਬੱਜੂ ਦਾ ਵਿੱਚ ਬਈਆ ਬਣ ਗਏ। ਇਹ ਲੋ ਆ ਲੋ, ਸਰਾਣਾ ਰੱਖ ਲੋ।
ਪਹਿਲੇ ਦਿਨ ਚ ਪਾਣੀ ਚੜ ਗਿਆ, ਵੀਡੀਓ ਖੋਲ ਕੇ ਦੇਖ ਲਿਓ ਬਾਲ ਵੀ ਸਹੀ ਹੋ ਗਏ, ਸਮੂਥਿੰਗ ਹੋ ਗਏ ਪੂਰੇ, ਪੰਪ ਦਿੱਤੇ ਜਾ ਰਹੇ ਨੇ, ਬਲੌਗ ਜਾ ਰਿਹਾ ਮੇਰੇ ਤੋਂ ਫੇਮਸ ਹੋ ਜਾਏਗਾ, ਬਾਕੀ ਆ ਸੋਹਣਾ ਹੋ ਗਿਆ, ਮੁੱਛਾਂ ਵੀ ਖੁੱਲਦੀਆਂ ਹੋ ਗਈਆਂ, ਮੋਟਾ ਵੀ ਹੋ ਗਿਆ ਹੋਏ ਵੀਰੇ, ਪਤਾ ਤੈਨੂੰ ਕਿਉਂ ਛੇੜ ਰਹੇ ਆ ਦੋਨੇ ਜਣੇ, ਵੀ ਇਹ ਬੈਠੇ ਨੇ ਘਰੇ ਤੇ ਤੂੰ ਬੋਲ ਨੀ ਸਕਦਾ ਕੁਛ, ਵੀ ਅਸੀਂ ਘਰੇ ਬੈਠੇ ਤੇ ਤੂੰ ਕੁਛ ਬੋਲ ਨੀ ਸਕਦਾ, ਹਾਂ ਤੂੰ ਇੱਥੇ 100 ਰੁਪਏ ਤੇ ਲੈ ਕੇ ਖਾਣਾ, ਤੂੰ ਮੈਨੂੰ ਐ ਕਰ ਤੂੰ ਮੈਨੂੰ 100 ਰੁਪਏ ਪੀੜੀ ਕਰ ਦੇ, ਕੱਟਤਾ ਵੀ ਕੱਟਤਾ ਸੀ, ਇਹਨੇ ਜ਼ੋਰ ਨੇ ਦੱਬੇ ਹੋਣੇ ਚੱਕ ਲੈਣਾ, ਲੈ ਚਮਚਾ ਪਹਿਲਾਂ ਭਾਬੀ ਨੂੰ ਗਵਾ ਦੀਏ, ਮੁੜ ਕੇ ਤੂੰ ਜੂਠਾ ਕਰ ਦੂ, ਸਹੀ ਹੈ ਰਿਕਾਰਡਿੰਗ ਰੱਖੀ ਜਗਾ ਕਿੰਨਾ ਕਰ, ਥੋੜਾ ਖਾ ਲਾ ਮਜ਼ਾ, ਹੋਰ ਬਸ ਬਿੱਲੀ ਤਾਂ ਰਹਿ ਗਈ, ਕੇਕ ਕੱਟੇਗਾ ਫਿਰ ਵੀ ਬਟੇਗਾ, ਚਲੋ ਹੁਣ ਕਲੈਪਿੰਗ ਕਰਦਾ, ਹੈਪੀ ਬਰਥਡੇ ਟੂ ਯੂ, ਇੱਕ ਦੂਜਾ ਓਏ ਪਾ ਕੇ ਨਹੀਂ ਦੇਣ ਲੱਗਿਆ, ਮੈਨੂੰ ਵੀ ਲੱਗਿਆ ਥੋੜਾ ਜਿਹਾ ਨਮਕ ਵਾਲਾ, ਆਪ ਨਮਕ ਹੈ ਨਹੀਂ, ਦੂਜਾ ਟੇਸਟ ਹੈ, ਚਾਪੇ ਹੋ ਗਿਆ ਅੱਜ ਬੁੱਧਵਾਰ ਹੀ ਆ, ਮੰਮੀ ਨੀ ਖਾਂਦੇ ਕਦੇ, ਮੰਮੀ ਕੁਛ